ਹਾਂਜੀ, ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ? ਅੱਜ ਦੇ ਦਿਨ ਵਿੱਚ ਤੁਹਾਡਾ ਸਵਾਗਤ ਹੈ ਅਤੇ ਅੱਜ ਤੁਹਾਨੂੰ ਲੈ ਕੇ ਚੱਲੇ ਹਾਂ ਅਸੀਂ ਭੜੀ ਦੇ ਫਿਰ ਗੇੜਾ ਲਾਇਆ ਅਤੇ ਉੱਥੇ ਹੈਗੇ ਨੇ ਸਾਡੇ ਕੋਲ 4 ਖੰਭੇ ਅਤੇ ਉਸਦੇ ਵਿੱਚ ਸਾਡੇ ਕੋਲ 2 ਖੰਭੇ ਹੋਰ ਵੀ ਨੇ ਅਤੇ ਉਹ ਅਸੀਂ ਖੰਨੇ ਲਾਉਣਾ ਹੈ ਕਿਸੇ ਹੋਰ ਸਾਈਡ 'ਤੇ। ਅਤੇ ਅੱਜ ਮੇਰੇ ਨਾਲ ਜਿਹੜੇ ਪੁਰਾਣੇ ਬੰਦੇ ਸੀ ਗੁਰੀ ਹੋਣੇ ਉਹ ਸਾਰੇ ਹੀ ਚੇਂਜ ਕਰ ਦਿੱਤੇ ਗਏ ਹਨ। ਅੱਜ ਮੇਰੇ ਨਾਲ ਸਾਰੇ ਹੀ ਨਵੇਂ ਬੰਦੇ ਦਿੱਤੇ ਹਨ, 3 ਤੋਂ 3 ਹੀ ਚੇਂਜ ਕਰ ਦਿੱਤੇ ਨੇ ਕਿਉਂਕਿ ਦੂਜੀ ਗੱਡੀ ਜਾਣੀ ਸੀ ਲੁਧਿਆਣੇ ਤਾਂ ਉਹ ਲੁਧਿਆਣੇ ਨਾ ਜਾਣ ਕਰਕੇ ਉਹ ਬੰਦੇ ਕਹਿੰਦੇ ਅਸੀਂ ਨਹੀਂ ਕਰਕੇ ਵੀ ਅੱਗੇ ਜਿਵੇਂ ਜਾਂਦੇ ਹਾਂ ਦੇਖ ਲਓ ਥੋੜ੍ਹੇ ਸਾਹਮਣੇ ਟੋਏ ਪਏ ਨੇ ਅਸੀਂ ਗੱਡੀ ਖੜਾਈ ਮੈਂ ਖੜਾਈ ਆ ਥੋੜ੍ਹੀ 2 ਮਿੰਟ ਲਈ ਤੁਹਾਨੂੰ ਦੇਖ ਹੀ ਜਾਣਾ ਅੱਗੇ ਟੋਆ ਕਿਉਂਕਿ ਟੈਂਪੂ ਨੇ ਤਾਂ ਪਾਰ ਕਰ ਹੀ ਜਾਣਾ ਹੌਲੀ ਦਿਨੇ ਅਤੇ ਸਾਡੀ ਗੱਡੀ ਹੈਗੀ ਵੱਡੀ ਅਤੇ ਉਸ ਕਰਕੇ ਸਾਨੂੰ ਖੜਨਾ ਪੈ ਗਿਆ, ਜਾਮ ਕਾਫੀ ਲੰਬਾ ਸੀ ਅਤੇ ਉਸ ਤੋਂ ਬਾਅਦ ਮੈਂ ਉੱਪਰ ਦੀ ਗੱਡੀ ਕੱਢੀ ਅਤੇ ਘੁੰਮਾ ਕੇ ਥੋੜ੍ਹੇ ਜਿਹੇ ਨਾਲ ਹੀ ਲੈ ਗਿਆ ਅਤੇ ਲੈ ਕੇ ਜਾਣ ਤੋਂ ਬਾਅਦ ਅੱਗੇ ਕੋਲ ਆ ਜਾਂਦਾ ਭਾਗ ਲਿਆ ਤੋਂ ਪਹਿਲਾਂ ਰਾਸਤੇ ਬਹੁਤ ਹੀ ਵੱਡਾ ਅੱਡੇ ਪਏ ਹੋਏ ਨੇ ਗੱਡੀਆਂ ਦੇ ਅਤੇ ਬੁਰਾ ਹਾਲ ਹੈ, ਟੁੱਟਿਆ ਹੋਇਆ ਰੋਡ ਹੈ, ਬੁਰਾ ਹਾਲ ਹੈ।